ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਵਿੱਚ ਬੀਤੇ ਕੱਲ ਇੱਕ ਵਿਆਹ ਦੌਰਾਨ ਮੈਰਿਜ ਪੈਲੇਸ ਦੇ ਇੱਕ ਕੰਧ ਡਿੱਗਣ ਦੇ ਕਾਰਨ ਤਕਰੀਬਨ 23 ਲੋਕਾਂ ਦੀ ਮੌਤ ਹੋ ਗਈ ਜਦਕਿ 28 ਹੋਰ ਜ਼ਖਮੀ ਹੋ ਗਏ ਨੇ। ਜ਼ਿਆਦਾਤਰ ਜ਼ਖਮੀਆਂ ਦੀ ਹਾਲਤ ਗੰਭੀਰ ਹੈ। ਘਟਨਾ ਸਥਾਨ ਤੇ ਬਚਾਅ ਕਾਰਜ ਜਾਰੀ ਹੈ ਤੇ ਜ਼ਖਮੀਆਂ ਨੂੰ ਇਲਾਜ ਦੇ ਲਈ ਸਥਾਨਕ ਹਸਪਤਾਲ ਵਿੱਚ ਦਾਖਲ ਵੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਲਾਕੇ ਦੇ ਵਿੱਚ ਤੇਜ਼ ਬਾਰਿਸ਼ ਹੋਣ ਦੇ ਕਰਕੇ ਇਹ ਕੰਧ ਕਮਜ਼ੋਰ ਹੋ ਗਈ ਸੀ। ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਸਥਾਨਕ ਕਾਂਗਰਸੀ ਆਗੂਆਂ ਨੇ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਮਰਨ ਵਾਲਿਆਂ ਦੇ ਵਿੱਚ 11 ਔਰਤਾਂ, 8 ਆਦਮੀ ਅਤੇ 4 ਬੱਚੇ ਸ਼ਾਮਿਲ ਨੇ।